ਘਰ ਆਪਣੇ ਸਵਰਗ ਬਣਾਓ ਪਿਆਰਿਓ ਆਪਣਾ ਦੇਸ਼ ਸਵਰਗ ਬਣਾਓ ਆਪਣੇ ਸਰੀਰ ਨੂੰ ਸਵਰਗ ਬਣਾਓ ਇਹਨੂੰ ਸੱਚਖੰਡ ਬਣਾਓ ਘਰ ਸੱਚਖੰਡ ਬਣਾਓ ਹੌਲੀ ਹੌਲੀ ਆਪਣਾ ਪਿੰਡ ਸੱਚਖੰਡ ਬਣਾਓ ਆਪਣਾ ਦੇਸ਼ ਸੱਚਖੰਡ ਬਣਾਓ ਇਹ ਅਸੀਂ ਬਣਾਉਣਾ ਹੈ ਜੇ ਬਾਹਰਲਿਆਂ ਲੋਕਾਂ ਨੇ ਸਵਰਗਾਂ ਵਰਗੇ ਦੇਸ਼ ਬਣਾ ਲਏ ਹੈ ਤੇ ਇਹ ਉਹਨਾਂ ਨੇ ਬਣਾਏ ਹੈ ਇਹ ਉਹਨਾਂ ਦੀ ਹਿੰਮਤ ਹੈ ਸਾਨੂੰ ਆਪਣੇ ਆਪਣੇ ਪਰਿਵਾਰਾਂ ਨੂੰ ਸਵਰਗ ਬਣਾਉਣਾ ਪੈਣਾ ਹੈ ਅਸੀਂ ਦੇਵੀ ਗੁਣ ਲੈ ਆਂਦੇ ਘਰ ਵਾਲੀ ਬਣ ਗਈ ਦੇਵੀ ਤੇ ਘਰ ਵਾਲਾ ਬਣ ਗਿਆ ਦੇਵਤਾ ਦੇਵੀ ਗੁਣ ਆ ਗਏ ਬੀਬੀ ਬਣ ਗਈ ਦੇਵੀ ਘਰ ਵਾਲਾ ਬਣ ਗਿਆ ਦੇਵਤਾ ਤੇ ਘਰ ਕੀ ਬਣਿਆ ਦੇਵਤੇ ਕਿੱਥੇ ਰਹਿੰਦੇ ਆ ਜੀ ਸਵਰਗ ਅੱਜ ਘਰ ਕੀ ਬਣਿਆ ਸਵਰਗ ਤੇ ਬੀਬੀ ਬਣ ਗਈ ਚੜੇਲ ਤੇ ਘਰ ਵਾਲਾ ਬਣ ਗਿਆ ਜਿੰਨ ਕੱਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ ਤੀਜ ਨੂਰੀ ਪੁੱਤ ਜਨੂਰਾ ਜੋਰੂ ਜਿੰਨਾਂ ਦਾ ਸਿਕਦਾਰ ਸਾਰਾ ਟੱਬਰ ਜਿੰਨ ਜਿੰਨੀਆਂ ਦਾ ਬਣ ਗਿਆ ਹੁਣ ਘਰ ਵਾਲਾ ਭੂਤ ਬਣ ਗਿਆ ਘਰ ਵਾਲੀ ਭੂਤ ਨਹੀਂ ਬਣ ਗਈ ਭੂਤ ਪ੍ਰੇਤ ਕਿੱਥੇ ਰਹਿੰਦੇ ਆ ਮੜੀਆਂ ਚ ਘਰ ਕੀ ਬਣ ਗਿਆ ਮੜੀਆਂ ਕਬਰ ਨਰਕ ਜਿਹ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੀਂ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੈਂ ਘਰ ਮਰਹਟ ਸਾਰ ਕੇ ਭੂਤ ਵਸੈ ਤਿੰਨ ਵਾਹੇ ਘਰ ਬਣਾ ਲਿਆ ਨਰਕ ਦੇਵੀ ਦੇਵਤੇ ਬਣ ਜਾਓ ਤੇ ਘਰ ਬਣ ਜੇ ਸਵਰਗ ਕਹਿੰਦੇ ਰੱਬ ਆਇਆ ਇੰਨਾ ਦੁਖੀ ਹੈ ਕਹਿੰਦੇ ਇੱਕ ਬੰਦਾ ਉਹ ਕਹਿੰਦਾ ਚਲੋ ਸਤਸੰਗ ਵਿੱਚ ਚਲੇ ਗਏ ਤੇ ਬਾਬਾ ਜੀ ਕਹਿੰਦੇ ਚਲੋ ਸਾਰੇ ਸਵਰਗਾਂ ਨੂੰ ਚੱਲੀਏ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਹੱਥ ਖੜੇ ਕਰ ਦਿਓ ਜਦੋਂ ਐਂ ਕਿਹਾ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਸਵਰਗਾਂ 'ਚ ਹੱਥ ਖੜੇ ਕਰ ਦਿਓ ਤੇ ਘਰ ਵਾਲੀ ਨੇ ਵੀ ਹੱਥ ਖੜਾ ਕਰਤਾ ਉਹਦੀ ਸੱਸ ਨੇ ਵੀ ਕਰਤਾ ਵੀ ਅਸੀਂ ਜਾਣਾ ਬੰਦੇ ਨੇ ਫਿਰ ਥੱਲੇ ਹੀ ਰੱਖਿਆ ਹੱਥ ਵੀ ਥੱਲੇ ਹੀ ਠੀਕ ਹੈ ਉਹ ਬਾਬਾ ਜੀ ਪੁੱਛਦੇ ਵੀ ਤੈਂ ਨਹੀਂ ਜਾਣਾ ਕਹਿੰਦਾ ਜਦੋਂ ਇਹ ਦੋਨੇ ਚਲੀਆਂ ਗਈਆਂ ਫਿਰ ਇੱਥੇ ਸਵਰਗ ਹੀ ਹੈ ਸੱਸ ਵੀ ਗਈ ਘਰ ਵਾਲੀ ਵੀ ਗਈ ਇਹਨਾਂ ਦੋਨਾਂ ਨੂੰ ਭੇਜੋ ਮਗਰ ਸਵਰਗ ਹੀ ਰਹਿ ਜਾਣਾ ਫਿਰ ਇਹ ਇਹੀ ਤੇ ਨਰਕ ਬਣੀਆਂ ਪਈਆਂ ਜ਼ਿੰਦਗੀ ਨਰਕ ਬਣੀ ਪਈ ਹੈ ਸਾਡੀ ਇੱਕ ਦੂਜੇ ਤੇ ਬੋਝ ਆ ਜੀ ਜ਼ਿੰਦਗੀ ਤਾਂ ਨਰਕ ਹੈ ਅੱਜ ਨਾ ਸਵੇਰੇ ਆਨੰਦ ਕਾਰਜ ਹੋ ਰਹੇ ਸੀ ਮੈਂ ਇੱਕ ਆਨੰਦ ਕਾਰਜ ਵਿੱਚ ਸੀ ਸਵੇਰੇ ਤੇ ਉੱਥੇ ਵੀ ਮੈਂ ਗੱਲ ਕਰਦਾ ਸੀ ਵੀ ਪਤੀ ਪਤਨੀ ਦੀ ਆਪਸੀ ਅੰਡਰਸਟੈਂਡਿੰਗ ਹੋਵੇ ਆਪਸ ਵਿੱਚ ਪਿਆਰ ਹੋਵੇ ਇੱਕ ਦੂਜੇ ਦਾ ਸਹਾਰਾ ਬਣਨ ਫਿਰ ਸਵਰਗ ਬਣਦਾ ਆ ਸਰੀਰ ਪਤਾ ਸਵਰਗ ਕਿਉਂ ਹੈ ਪੈਰ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਆ ਇੱਕ ਸਾਰਾ ਵਜਨ ਚੱਕ ਕੇ ਪਤਾ ਕੀ ਕਹਿੰਦਾ ਚੱਲ ਹੁਣ ਮੈਂ ਚੱਕ ਲਿਆ ਸਾਰਾ ਅੱਗੇ ਵੱਧ ਫਿਰ ਦੂਜਾ ਸੱਜਾ ਪੈਰ ਆਪਣੇ ਤੇ ਭਾਰ ਚੱਕ ਲੈਂਦਾ ਸਾਰਾ ਕਹਿੰਦਾ ਸਾਰਾ ਭਾਰ ਮੈਂ ਚੱਕ ਲਿਆ ਫਿਕਰ ਨਾ ਕਰ ਹੁਣ ਉੱਠ ਫਿਰ ਖੱਬਾ ਉੱਠਦਾ ਫਿਰ ਅੱਗੇ ਵੱਧਦਾ ਇੱਕ ਦੂਜੇ ਦਾ ਸਹਾਰਾ ਤਾਂ ਸਾਡਾ ਸਰੀਰ ਐ ਹੈ ਬੈਲੈਂਸ ਵਿੱਚ ਆ ਸਾਨੂੰ ਸੇਧ ਮਿਲ ਆ ਵੇਖੋ ਕੱਲੀ ਕੱਲੀ ਚੀਜ਼ ਇੱਕ ਦੂਜੇ ਦੀ ਹੈਲਪ ਕਰਦੀ ਹੈ ਮਦਦ ਕਰਦੀ ਹੈ ਆ ਤਾਂ ਬੋਲ ਰਿਹਾ ਹੱਥ ਆਪਣਾ ਕੰਮ ਕਰ ਰਿਹਾ ਜੀਭ ਆਪਣਾ ਬ੍ਰੇਨ ਮੈਸੇਜ ਭੇਜ ਰਿਹਾ ਸਾਹ ਚੱਲਦੇ ਨੇ ਅੱਖਾਂ ਵੇਖ ਰਹੀਆਂ ਨੇ ਆਈਡੀਆ ਲੱਗ ਰਿਹਾ ਵੇਖ ਕੇ ਫਟਾਫਟ ਮਾਈਂਡ ਹੈ ਜਿਹੜਾ ਜੀਵ ਨੂੰ ਕਹਿੰਦਾ ਜੀਵ ਉਵੇਂ ਜਿਵੇਂ ਹਿੱਲਦੀ ਹੈ ਬੁੱਲ ਉਵੇਂ ਜਿਵੇਂ ਹਿੱਲਦੇ ਹੈ ਹੱਥ ਐਕਸ਼ਨ ਕਰਦੇ ਹੈ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹੈ ਤਾਂ ਸਰੀਰ ਬੋਲ ਰਿਹਾ ਤਾਂ ਸੋਹਣਾ ਹੈ ਤਾਂ ਤੁਹਾਡਾ ਸਰੀਰ ਸੋਹਣਾ ਹੈ ਇੱਕ ਦੂਜੇ ਦੀ ਜੇ ਅੱਜ ਮਦਦ ਨਾ ਕਰਨ ਬ੍ਰੇਨ ਆਪਣਾ ਕੰਮ ਛੱਡ ਦੇਵੇ ਜੀਵ ਆਪਣਾ ਛੱਡ ਦੇਵੇ ਬੁੱਲ ਆਪਣਾ ਛੱਡ ਦੇਣ ਅੰਦਰ ਵਾਲਾ ਸਾਰਾ ਕੁਝ ਹੀ ਖਰਾਬ ਹੋ ਜੂ ਇੱਥੇ ਸਾਡਾ ਪ੍ਰੋਬਲਮ ਪਤਾ ਕੀ ਹੈ ਅਸੀਂ ਸਾਰੇ ਕਿਸ ਇੱਕ ਦੂਜੇ ਦੇ ਹੈਲਪ ਕਰਨੀ ਛੱਡਤੀ ਅਸੀਂ ਦੁੱਖ ਦੇਣ ਲਈ ਆ ਇੱਕ ਦੂਜੇ ਨੂੰ ਸੁੱਖ ਕੌਣ ਦਿੰਦਾ ਪਰੇਸ਼ਾਨੀਆਂ ਦੇ ਰਹੇ ਹਾਂ ਦੁੱਖ ਵੰਡਾਉਂਦਾ ਕਿਹੜਾ ਇੱਥੇ ਆ ਹੁਣ ਇੱਥੋਂ ਬਾਹਰ ਨਿਕਲਾਂਗੇ ਨਾ ਆਪਾਂ ਸਾਰੇ ਹਰ ਬੰਦੇ ਨੂੰ ਇਹ ਹੁੰਦਾ ਕਿ ਪਹਿਲਾਂ ਮੈਂ ਨਿਕਲ ਜਾਂ ਇਦਾਂ ਹੀ ਹੋਣਾ ਨਾ ਹੁਣ ਇੱਥੇ ਜਦੋਂ ਆਪਾਂ ਟਰਾਲੀਆਂ ਕੱਢਣੀਆਂ ਨੇ ਇੱਕ ਦੂਜੇ ਨੂੰ ਹੁੰਦਾ ਪਹਿਲਾਂ ਮੈਂ ਤੇ ਵਿਦੇਸ਼ਾਂ 'ਚ ਜਾਇਓ ਉੱਥੇ ਪਤਾ ਕੀ ਕਹਿਣਗੇ ਪਹਿਲਾਂ ਤੂੰ ਚੱਲ ਪਹਿਲਾਂ ਤੂੰ ਇਦਾਂ ਹੋਣਾ ਸਾਡੇ ਇੱਥੇ ਕੀ ਹੈ ਇੱਕ ਵੇਖੋ ਐ ਫਾਟਕ ਲੱਗਿਆ ਫਾਟਕ ਦੇ ਉੱਤੇ 20 ਗੱਡੀਆਂ ਖੜੀਆਂ ਤੇ ਹਰ ਬੰਦਾ ਕਹਿੰਦਾ ਜਿਹੜਾ ਪਿੱਛੇ ਆਇਆ ਵੀ ਮੈਂ ਪਹਿਲੇ ਨੰਬਰ ਤੇ ਜਾਵਾਂ ਜਿਹੜੇ ਬਾਕੀ ਖੜੇ ਆ 20 ਬੰਦੇ ਉਹ ਨਹੀਂ ਵੇਖਦਾ ਵੀ ਉਹ ਵੀ ਤੇ ਬੰਦੇ ਹੀ ਆ ਮੈਂ ਲਾਈਨ 'ਚ ਲੱਗ ਜਾ ਪਿੱਛੇ ਸਭ ਤੋਂ ਅੱਗੇ ਜਾ ਕੇ ਖੜੂ ਵੀ ਮੈਂ ਪਹਿਲਾਂ ਜਾਣਾ ਚਾਹੁੰਦਾ ਤੇ ਜੇ ਕਿਤੇ ਅਸੀਂ ਅੱਛਾ ਫਿਰ ਜਦੋਂ ਆਪਾਂ ਪਹਿਲੇ ਨੰਬਰ ਤੇ ਜਾ ਕੇ ਫਿੱਟ ਕਰਦੇ ਨੇ ਵੀ ਧੱਕੇ ਨਾਲ ਘਸੂੜ ਦਿੰਦੇ ਆ ਵਿੱਚ ਗੱਡੀ ਤੇ ਜਿਹੜਾ ਪਹਿਲੇ ਨੰਬਰ ਤੇ ਖੜਾ ਹੁੰਦਾ ਸਾਡੇ ਕਨੀ ਅੱਖਾਂ ਖੜਾ ਵੀ ਕਿੱਥੇ ਵੜਦਾ ਮੈਂ ਤੇ ਕਦੋਂ ਦਾ ਖੜਾ ਇੱਥੇ ਫਿਰ ਅਸੀਂ ਕਹਿੰਦੇ ਵੀ ਕੋਈ ਨਹੀਂ ਫਿਰ ਕੀ ਹੋ ਗਿਆ ਮੈਨੂੰ ਮਾੜਾ ਜਿਹਾ ਥਾਂ ਦੇ ਦੇ ਵੀ ਮੈਨੂੰ ਜਗ੍ਹਾ ਦੇ ਪਹਿਲਾਂ ਮੈਂ
ਤੇ ਜੇ ਅਸੀਂ ਉਹ ਪਹਿਲੇ ਥਾਂ ਤੇ ਖੜੇ ਹੋਏ ਹੋਈਏ ਜਦੋਂ ਸਾਡੇ ਵਿੱਚ ਕੋਈ ਆਉਂਦਾ ਫਿਰ ਸਾਨੂੰ ਗੁੱਸਾ ਚੜਦਾ ਪਰ ਵਿਦੇਸ਼ਾਂ 'ਚ ਇਦਾਂ ਨਹੀਂ ਕਰਦੇ ਪਿਆਰਿਓ ਉੱਥੇ ਹੋਣਗੇ ਜੇ ਤੁਸੀਂ ਐ ਖੜੇ ਹੋਵੋਗੇ ਕਹਿੰਦੇ ਤੂੰ ਲੰਘ ਜਾ ਪਹਿਲਾਂ ਚੱਲ ਤੂੰ ਚੱਲ ਚੱਲ ਤੂੰ ਚੱਲ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਐ ਸਾਡੇ 'ਚ ਇੱਕ ਦੂਜੇ ਤੋਂ ਖੋਣ ਦੀ ਬਿਰਤੀ ਹੈ ਇੱਕ ਦੂਜੇ ਤੋਂ ਲੈਣ ਦੀ ਬਿਰਤੀ ਹੈ ਇੱਕ ਦੂਜੇ ਨੂੰ ਪਰੇਸ਼ਾਨ ਕਰਦੇ ਆ ਇੱਕ ਦੂਜੇ ਦਾ ਸਹਾਰਾ ਬਣ ਕੇ ਸਾਡੇ 'ਚ ਚੱਲਣ ਦਾ ਸੁਭਾਅ ਹੀ ਨਹੀਂ ਇੱਕ ਦੂਜੇ ਦੀ ਕਿਸੇ ਦੂਜੇ ਦੀ ਮਦਦ ਵੀ ਕਰੀਦੀ ਹੁੰਦੀ ਹੈ ਕਿਸੇ ਦੂਜੇ ਨੂੰ ਥਾਂ ਵੀ ਦੇਈਦਾ ਹੈ ਇੱਕ ਦੂਜੇ ਆ ਸਾਰਾ ਸਮਾਜ ਜੇ ਕਿਤੇ ਇੱਕ ਦੂਜੇ ਨੂੰ ਰਾਹ ਦੇਣ ਲੱਗ ਪਵੇ ਵੇਖੋ ਕਿੱਦਾਂ ਦਾ ਸਿਸਟਮ ਬਣੇ ਇੱਕ ਦੂਜੇ ਨੂੰ ਸਹਾਰਾ ਦੇ ਕੇ ਵੇਖੀਏ ਪਰ ਨਹੀਂ ਇੱਥੇ ਸਿਸਟਮ ਹੀ ਉਲਟ ਹੈ ਇੱਥੇ ਇੱਕ ਦੂਜੇ ਦਾ ਸਹਾਰਾ ਨਹੀਂ ਬਣਿਆ ਜਾਂਦਾ ਸਗੋਂ ਖੋਇਆ ਜਾਂਦਾ ਲੁੱਟਿਆ ਜਾਂਦਾ ਜੋੜਿਆ ਜਾਂਦਾ ਸਵਾਰਥੀ ਬਿਰਤੀ ਹੈ ਸਾਡੀ ਦੇਣ ਦਾ ਸੁਭਾਅ ਨਹੀਂ ਲੈਣ ਦਾ ਸੁਭਾਅ ਹੈ ਪਰ ਧਰਮ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਹੈ ਵੇਖੋ ਪਿਆਰਿਓ ਬੰਦ ਬੰਦ ਕਟਾਵਾਂ ਮੈਂ ਕਿ ਬੰਦ ਬੰਦ ਕੱਟਾਂ ਹੈ ਸੀ ਕਿਤੇ ਬਿਰਤੀ ਸਾਡੀ ਸਿੱਖਾਂ ਦੀ ਬਿਰਤੀ ਵਿੱਚ ਭਾਈ ਭਾਈ ਮਨੀ ਸਿੰਘ ਨੂੰ ਯਾਦ ਕਿਉਂ ਕਰਦੇ ਆ ਕਿਉਂਕਿ ਬੰਦ ਬੰਦ ਕਟਾਇਆ ਕਿਸੇ ਦਾ ਬੰਦ ਬੰਦ ਬੋਲੋ ਪਿਆਰਿਓ ਕੱਟਿਆ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਪਣੇ ਵੱਲੋਂ ਦੇਣਾ ਮੈਂ ਲੈਣਾ ਥੋੜਾ ਲੋਕਾਂ ਤੋਂ ਮੈਂ ਆਪਣੇ ਪੁੱਤ ਦਿਆਂਗਾ ਆਪਣੇ ਬੱਚੇ ਕਟਵਾਏ ਆਪਣੇ ਸਾਹਿਬਜ਼ਾਦੇ ਨੀਹਾਂ 'ਚ ਚਣਾਏ ਐ ਮੈਂ ਕਿਸੇ ਦੇ ਥੋੜਾ ਚਿਣੇ ਐ ਮੈਂ ਖੋਪੜੀ ਲਵਾਣੀ ਐ ਮੈਂ ਲਾਣੀ ਨਹੀਂ ਮੈਂ ਗੋਲੀ ਖਾਣੀ ਐ ਮੈਂ ਗੋਲੀ ਮਾਰਨੀ ਨਹੀਂ ਇਹ ਸਾਡੇ ਪਤਾ ਨਹੀਂ ਕਿੱਥੋਂ ਭੈੜੀ ਬਿਰਤੀ ਇਹ ਆ ਗਈ ਵੀ ਬੰਦਾ ਮਾਰਨਾ ਹੈ ਅਸੀਂ ਖੋਪੜ ਲਾਉਣਾ ਹੈ ਅਸੀਂ ਗੋਲੀ ਮਾਰਨੀ ਹੈ ਇਹ ਚੀਜ਼ ਨਹੀਂ ਸੀ ਹੁੰਦੀ ਹਰ ਬੰਦਾ ਕਹਿੰਦਾ ਸੀ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ ਅਸੀਂ ਆਪਣੇ ਵੱਲੋਂ ਕੁਝ ਦੇਣਾ ਅਸੀਂ ਕਿਸੇ ਨੂੰ ਲੈਣਾ ਥੋੜਾ ਕਿਸੇ ਦੀ ਜਾਨ ਲੈਣੀ ਨਹੀਂ ਸਾਡੀ ਜਾਨ ਜੇ ਅਸੀਂ ਦੇ ਸਕਦੇ ਹਾਂ ਤੇ ਆਪਣੀ ਜਾਨ ਦਈਏ ਏਦਾਂ ਏਦਾਂ ਦੀ ਬਿਰਤੀ ਸੀ ਸਾਡੇ ਵਿੱਚ ਇੱਥੇ ਚਰਖੜੀਆਂ ਤੇ ਚੜੇ ਐ ਚਾੜੇ ਨਹੀਂ ਲੋਕ ਬੰਦ ਬੰਦ ਕਟਾਏ ਐ ਬੰਦ ਬੰਦ ਕੱਟੇ ਨਹੀਂ ਕਿਸੇ ਦੇ ਖੋਪੜ ਲਵਾਏ ਐ ਲਾਏ ਨਹੀਂ ਕਿਸੇ ਦੇ ਬੱਚੇ ਸ਼ਹੀਦ ਕਰਾਏ ਐ ਕਿਸੇ ਤੇ ਨਹੀਂ ਬੱਚੇ ਸ਼ਹੀਦ ਕੀਤੇ ਜਾ ਕੇ ਇਹ ਤੇ ਸਾਡੇ ਸੁਭਾਅ 'ਚ ਵੜ ਗਈ ਇਹ ਚੀਜ਼ ਵੀ ਮਾਰ ਦਿਓ ਐਂ ਕਰ ਦਿਓ ਮਾਰਨਾ ਸਾਡੇ ਸੁਭਾਅ 'ਚ ਨਹੀਂ ਸੀ ਸਾਡੀ ਸੁਭਾਅ 'ਚ ਤੇ ਜ਼ਿੰਦਗੀ ਦੇਣੀ ਸੀ ਅਸੀਂ ਜ਼ਿੰਦਾ ਰਹਿਣਾ ਹੈ ਤੇ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਸਿਖਾਉਣਾ ਹੈ ਸੋਹਣੀ ਜ਼ਿੰਦਗੀ ਬਣਾਉਣੀ ਹੈ ਤੇ ਸਾਰਿਆਂ ਦੀ ਜ਼ਿੰਦਗੀ ਸੋਹਣੀ ਬਣਾਉਣੀ ਹੈ ਆਹ ਸੁਭਾਅ ਸੀ ਸਾਡਾ ਇਹ ਸਾਡੇ ਵਿੱਚ ਨਹੀਂ ਸੀ ਪਤਾ ਨਹੀਂ ਕਿੱਥੋਂ ਸਾਡੇ 'ਚ ਇਹ ਚੀਜ਼ਾਂ ਆ ਗਈਆਂ ਹੌਲੀ ਹੌਲੀ ਸਾਡੇ ਦਿਮਾਗ 'ਚ ਇਹ ਚੀਜ਼ਾਂ ਵਾੜ ਦਿੱਤੀਆਂ ਗਈਆਂ ਤਾਂ ਕਰਕੇ ਆਪਣੇ ਆਪ ਨੂੰ ਸਮਝਾਓ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਆਪਣੇ ਦੇਵੀ ਗੁਣ ਬਣ ਕੇ ਆਪ ਦੇਵਤਾ ਬਣ ਜਾ ਤੇ ਘਰ ਤੇਰਾ ਸਵਰਗ ਬਣੇ ਇੱਕ ਇੱਕ ਘਰ ਸਵਰਗ ਬਣਾਓਗੇ ਪਿੰਡ ਸਵਰਗ ਬਣ ਜੂ ਜਿਹਦੇ ਪਿੰਡ 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 ਸਵਰਗ ਬਣ ਗਏ ਉਹਦੇ ਤੇਰਾ ਜ਼ਿਲ੍ਹਾ ਸਵਰਗ ਬਣੂ ਜਿਹਦੇ ਨਾਲ ਸਾਰੇ ਜ਼ਿਲ੍ਹੇ ਸਵਰਗ ਬਣੇ ਉਹਦਣ ਤੇਰੀ ਤੇਰਾ ਦੇਸ਼ ਸਵਰਗ ਬਣੂ ਤੇਰੀ ਸਟੇਟ ਸਵਰਗ ਬਣੂ ਸਾਰੀਆਂ ਸਟੇਟਾਂ ਸਵਰਗਾਂ ਬਣੀਆਂ ਵਰਗੀਆਂ ਬਣ ਗਈਆਂ ਉਹਦੇ ਸਾਰਾ ਦੇਸ਼ ਸਵਰਗ ਬਣੂ ਪਰ ਸਭ ਤੋਂ ਪਹਿਲਾਂ ਮੈਂ ਆਪਣਾ ਆ ਸਰੀਰ ਆ ਸਵਰਗ ਬਣਾਵਾਂ ਫਿਰ ਮੈਂ ਆਪਣਾ ਘਰ ਸਵਰਗ ਬਣੇ ਮੇਰਾ ਘਰ ਤੋਂ ਬਾਅਦ ਮੇਰਾ ਪਿੰਡ ਬਣੇ ਪਿੰਡ ਤੋਂ ਬਾਅਦ ਇਦਾਂ ਇਦਾਂ ਚੱਲਣਾ ਕੰਮ ਆਪਣੇ ਆਪ ਤੋਂ ਸ਼ੁਰੂ ਕਰੀਏ ਗਿਆਨ ਸਾਡੇ ਲਈ ਹੈ ਕਿਸੇ ਲਈ ਨਹੀਂ ਆਪਣੇ ਮਨ ਨੂੰ ਸਮਝਾਈਏ ਹਾਂਜੀ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਆਪਣੇ ਮਨ ਨਾਲ ਹੀ ਝਗੜਾ ਕਰਨਾ ਹੈ ਆਪਣੇ ਮਨ ਨੂੰ ਹੀ ਸੱਥ ਵਿੱਚ ਭਾਵ ਪੰਚਾਇਤ 'ਚ ਖੜਾ ਕਰਨਾ ਹੈ ਤੇ ਆਪਣੇ ਮਨ ਨੂੰ ਹੀ ਜਿੱਤਣਾ ਹੈ ਆਪਣੇ ਮਨ ਵਿੱਚ ਹੀ ਸਮਾ ਜਾਣਾ ਹੈ ਭਾਵ ਕਿ ਚੰਗੇ ਵਿਚਾਰਾਂ ਨੂੰ ਹਾਵੀ ਕਰ ਦੇਣਾ ਹੈ ਮਾੜੇ ਵਿਚਾਰਾਂ ਨੂੰ ਉਹਦੇ ਵਿੱਚ ਜਜ਼ਬ ਕਰ ਦੇਣਾ ਹੈ ਚੰਗਾ ਮਨ ਵੀ ਤੇ ਚੰਗੇ ਵਿਚਾਰ ਨੇ ਮਾੜੇ ਵਿਚਾਰ ਮਾੜਾ ਮਨ ਹੈ ਮਾੜੇ ਵਿਚਾਰਾਂ ਨੂੰ ਚੰਗੇ ਵਿਚਾਰਾਂ ਵਿੱਚ ਜਜ਼ਬ ਕਰ ਦੇਣਾ ਚੰਗੇ ਵਿਚਾਰ ਰਹਿ ਜਾਣ ਮਾੜੇ ਵਿਚਾਰ ਖਤਮ ਹੋ ਜਾਣ ਮਾੜਾ ਮਨ ਵਿੱਚ ਹੀ ਤੇਰਾ ਮਨ ਸਮਾ ਜਾਵੇ ਤੇਰਾ ਮਨ ਜਿਹੜਾ ਚੰਗੇ ਵਿਚਾਰ ਤੇਰੇ ਹਾਵੀ ਹੋ ਜਾਣ ਤੇ ਭੈੜੇ ਵਿਚਾਰ ਤੇਰੇ ਹੌਲੀ ਹੌਲੀ ਘਟਦੇ ਘਟਦੇ ਖਤਮ ਹੋ ਜਾਣ ਆਪਣੇ ਮਨ ਦੇ ਵਿੱਚ ਹੀ ਸਮਾ ਜਾ ਅੱਗੇ ਸੁਣੋ ਮਨ ਜੋ ਇੱਛੇ ਸੋਨਾ ਹੈ ਸੱਚੇ ਸ਼ਬਦ ਸੁਭਾਏ ਬਸ ਜਦੋਂ ਗਿਆਨ ਲਏਗਾ ਅਕਲ ਲਏਗਾ ਫਿਰ ਜੋ ਤੇਰੀ ਇੱਛਾ ਪ੍ਰਾਪਤ ਕਰ ਸਕਦਾ ਜਿੱਦਾਂ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਨਾ
ਅਕਲ ਲੈ ਕੇ ਉਦਾਂ ਦੀ ਜ਼ਿੰਦਗੀ ਜਿਉ ਸਕਦਾ ਹਾਂਜੀ ਅੰਮ੍ਰਿਤ ਨਾਮ ਸਦ ਪੁੰਚੀਏ ਗੁਰਮੁਖ ਕਾਰ ਕਮਾਏ ਬਸ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਫਿਰ ਬੰਦਾ ਚੁਲ ਚੱਲਣ ਲੱਗ ਪੈਂਦਾ ਹੈ ਅੰਮ੍ਰਿਤ ਗਿਆਨ ਅੰਮ੍ਰਿਤ ਫਿਰ ਸਦਾ ਪੀਂਦਾ ਹੈ ਬਸ ਆਪਣੇ ਮਨ ਨਾਲ ਝਗੜਾ ਕਰਦਾ ਹੈ ਮਨ ਨੂੰ ਕਚਹਿਰੀ 'ਚ ਖਿਲਾਰਦਾ ਹੈ ਮਨ ਹੀ ਇਹਦਾ ਫਿਰ ਬਦਲਦਾ ਹੈ ਅੱਗੇ ਸੁਣਿਓ ਲਾਸਟ ਪੰਕਤੀਆਂ ਵੇਣ ਮਨ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਕਹਿੰਦੇ ਜਿਹੜਾ ਬੰਦਾ ਆਪਣੇ ਮਨ ਨੂੰ ਛੱਡ ਕੇ ਦੁਨੀਆ ਨਾਲ ਝਗੜਾ ਕਰਦਾ ਫਿਰਦਾ ਵੀ ਦੁਨੀਆ ਕਿਉਂ ਨਹੀਂ ਬਦਲਦੀ ਕਹਿੰਦੇ ਉਹ ਜਨਮ ਗਵਾ ਕੇ ਜਾਏਗਾ ਝਗੜਾ ਆਪਣੇ ਮਨ ਨਾਲ ਕਰਨਾ ਸੀ ਤੂੰ ਐ ਨਾ ਸੋਚ ਵੀ ਲੋਕ ਕਿਉਂ ਨਹੀਂ ਬਦਲਦੇ ਕਦੇ ਐਵੇਂ ਕਹਿ ਵੀ ਮੈਂ ਕਿਉਂ ਨਹੀਂ ਬਦਲਦਾ ਆਪਾਂ ਵੀ ਕਹਿੰਦੇ ਯਾਰ ਦੁਨੀਆ ਕਿਹੋ ਜੀ ਹੋ ਗਈ ਦੁਨੀਆ ਕਿਹੋ ਜੀ ਹੋ ਗਈ ਐ ਕਿਉਂ ਨਹੀਂ ਕਹਿੰਦਾ ਵੀ ਮੈਂ ਕਿਹੋ ਜਿਹਾ ਹੋ ਗਿਆ ਮੇਰਾ ਸੁਭਾਅ ਕਿੱਦਾਂ ਦਾ ਆਪਣੇ ਆਪ ਨੂੰ ਚੈੱਕ ਕਰ ਤੇ ਜਿਹੜਾ ਆਪਣੇ ਮਨ ਤੋਂ ਬਿਨਾਂ ਲੋਕਾਂ ਦੀ ਗੱਲ ਕਰਦਾ ਹੈ ਉਹ ਜਨਮ ਗਵਾਊ ਆਪਣਾ ਜਿਹੜਾ ਆਪਣੇ ਆਪ ਨਾਲ ਝਗੜਾ ਕਰਦਾ ਹੈ ਆਪਣੇ ਮਨ ਨਾਲ ਸੈਲਫ ਟਾਕ ਕਰਦਾ ਹੈ ਜਿਹੜਾ ਆਪਣੇ ਆਪ ਨਾਲ ਗੱਲ ਕਰਦਾ ਹੈ ਅਸਲ ਗੱਲ ਫੇਰ ਬਣਦੀ ਸੁਣੋ ਅੱਗੇ ਮਨ ਮੁਖੀ ਮਨ ਹਠਹਾਰਿਆ ਊੜ ਕੋ ਸਭ ਕਮਾਏ ਝੂਠ ਹੀ ਸਾਰੀ ਜ਼ਿੰਦਗੀ ਵਿੱਚ ਜੋੜਦੇ ਐ ਗਲਤ ਪਾਸੇ ਜਾਂਦੇ ਐ ਤੇ ਮਨਮੁਖ ਆਪਣਾ ਜਨਮ ਹਾਰ ਕੇ ਜਾਂਦੇ ਆ ਕਿਉਂਕਿ ਮਨ ਦੇ ਮਗਰ ਲੱਗੇ ਹੋਏ ਹੁੰਦੇ ਆ ਮਨ ਦੀ ਮਰਜ਼ੀ ਕਰਦੇ ਆ ਸਾਰੀ ਜ਼ਿੰਦਗੀ ਆਪਣੀ ਬਰਬਾਦ ਕਰ ਲੈਂਦੇ